जी सत श्री अकाल जी सारिया नूं। वधिया फार्म यूट्यूब चैनल ते तुहाडा स्वागत है जी। किसान वीरो अज तुहानूं दो मझां दे नग, एक पहले सूए वैड ते एक M29 दा तुहानूं कट्टा दिखावांगे। आ देख सकदे बहुत चंगे कद काठ दी ते बहुत वधिया ढांचे दी तुहानूं अज मझ दिखाउणी आ। एक काफ़ी प्योर मोरा दी झोटी तुहानूं दिखाउणी आ, देख सकदे तुसीं फेस क्वालिटी। अज दी जिहड़ी आपां वीडियो बना रहे हां, पिंड चक मिश्री खां ते जिला अमृतसर पै जांदा जी। अज तुहानूं एक देसी गां दिखाउणी आ जिन्हां दे दुध दी क्वालिटी भी बहुत वधिया हुंदी आ। इन्हां दी फैट बहुत वधिया हुंदी आ ते दुध दी क्वालिटी भी बहुत ही वधिया हुंदी आ। हुण वीडियो दे विच तुहानूं कल्ला कल्ला पशु खोल के दिखावांगे, नाल इन्हां दे मिल्क रिकॉर्ड ते इन्हां दे प्राइस भी तुहानूं दस्सांगे। वीडियो नूं शुरू करन तों पहलां जिहड़े वीर इस चैनल ते नवें आए आ, चैनल नूं सबसक्राइब जरूर कर देन ते वीडियो नूं लाइक जरूर कर देन। आओ हुण वीर जी उहनां नाल गल्लबात करदे आ ते उहनां तों पुछदे आ सारी डिटेल। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਕੀ ਹਾਲ ਚਾਲ ਜੀ? ਬਸ ਠੀਕ ਹੈ, ਬਹੁਤ ਵਧੀਆ। ਠੀਕ ਠਾਕ ਜੀ? ਹਾਂਜੀ ਹਾਂਜੀ ਹਾਂਜੀ। ਤੇ ਵੀਰ ਜੀ ਆਪਣਾ ਨਾਮ ਬੋਲ ਦਿਓ ਜੀ ਇੱਕ ਵਾਰੀ। ਮੇਰਾ ਨਾਮ ਜਗਦੀਪ ਸਿੰਘ ਫੌਜੀ, ਮੈਂ ਆਰਮੀ 'ਚ 20 ਸਾਲ ਸਰਵਿਸ ਕਰਕੇ 15 ਦਿਨ ਤੋਂ ਰਿਟਾਇਰ ਹੋਇਆ ਮੈਂ 1 ਦਸੰਬਰ ਨੂੰ। ਅਤੇ ਮੈਂ ਘਰ ਦੇ ਪਸ਼ੂ ਹੈ ਮੇਰੇ, ਅਤੇ ਮੈਂ 4 ਨਗ ਮੈਂ ਵੀ ਵੇਚ ਰਿਹਾ ਪਸ਼ੂਆਂ ਦੇ। ਇੱਕ ਕੱਟਾ ਹੈ M29 ਦਾ, ਔਰ ਇੱਕ ਮੋਹਰਾ ਦੀ ਮੱਝ ਹੈ, ਔਰ ਇੱਕ ਵੱਡੀ ਮੱਝ ਹੈ ਮੋਹਰਾ ਦੀ, ਔਰ ਇੱਕ ਮੇਰੇ ਕੋਲ ਪਹਿਲੇ ਸੂਏ ਗਾਂ ਆ, 12 ਲੀਟਰ ਦੁੱਧ ਹੈ ਉਹਦੇ ਥੱਲੇ, ਔਰ ਵੱਡੀ ਮੱਝ ਦੇ ਥੱਲੇ ਪਹਿਲੋਂ ਮੈਂ 16 ਲੀਟਰ ਚੋਂਦਾ ਰਿਹਾ, ਔਰ ਹੁਣ ਪਰਸੋਂ ਸੂਈ ਆ ਉਹਦੇ ਮਗਰ ਪਿੱਛੇ ਕੱਟਾ ਹੈ। ਇੱਕ ਮੱਝ ਮੇਰੀ ਗੱਭਣ ਆ, 20-25 ਦਿਨਾਂ ਨੂੰ ਸੂਣ ਵਾਲੀ ਆ, ਅਤੇ ਘਰ ਦੇ ਪਸ਼ੂ ਆ ਮੇਰੇ ਬਹੁਤ ਵਧੀਆ, ਅਤੇ ਮੈਂ ਹੁਣ ਪੈਨਸ਼ਨ ਆਇਆ ਅਤੇ ਸਾਂਭਣ ਸੰਭਾਲ ਕਰਕੇ ਮੈਂ ਪਸ਼ੂ ਆਪਣੇ ਵੇਚ ਰਿਹਾ। ਠੀਕ ਹੈ ਜੀ। ਫੌਜੀ ਸਾਹਿਬ ਹੁਣ ਬਸ ਤੋਂ ਹੀ ਫਿਰ ਪਸ਼ੂ ਸੈਲ ਵੇਚਦੇ ਨੇ? ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਅਤੇ ਫੌਜੀ ਸਾਹਿਬ ਆਪਣਾ ਇੱਕ ਵਾਰੀ ਨਾ ਫੋਨ ਨੰਬਰ ਅਤੇ ਐਡਰੈਸ ਵੀ ਬੋਲ ਦਿਓ। ਹਾਂ, ਐਡਰੈਸ ਮੇਰਾ ਵਿਲੇਜ ਮੇਰਾ ਚੱਕ ਮਿਸ਼ਰੀ ਖਾਨ, ਤਹਿਸੀਲ ਅਜਨਾਲਾ, ਡਿਸਟ੍ਰਿਕਟ ਅੰਮ੍ਰਿਤਸਰ, ਔਰ ਮੋਬਾਈਲ ਨੰਬਰ ਮੇਰਾ 8847271507। ਠੀਕ ਹੈ ਜੀ। ਆਹ ਫੌਜੀ ਸਾਹਿਬ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਆਹ ਵੱਡੀ ਮੱਝ ਬਾਰੇ ਦਿਖਾਵਾਂਗੇ। ਆਹ ਦੇਖ ਸਕਦੇ ਇੱਕ ਵਾਰੀ ਆਪਾਂ ਖੋਲ੍ਹ ਕੇ ਦਿਖਾ ਦਈਏ ਜੀ। ਆਹ ਦੇਖ ਸਕਦੇ ਕਿਸਾਨ ਵੀਰੋ, ਤੁਹਾਨੂੰ ਸਭ ਤੋਂ ਪਹਿਲਾਂ ਇਹ ਵੱਡੀ ਮੱਝ ਤੋੜ ਕੇ ਦਿਖਾਵਾਂਗੇ। ਆਹ ਦੇਖ ਸਕਦੇ ਥੋੜ੍ਹਾ ਜਿਹਾ ਮੱਥੇ 'ਚ ਚਿੱਟਾ ਆ ਜਾਂਦਾ ਹੈ, ਅਤੇ ਉਸ ਤਰ੍ਹਾਂ ਮੋਰਾ ਦੀ ਝੋਟੀ ਆ, ਕੱਦ ਕਾਠ ਵੀ ਤੁਸੀਂ ਦੇਖ ਸਕਦੇ ਆ। ਆਹ ਮਗਰ ਕੱਟਾ ਆ ਗਿਆ ਜੀ, ਕੱਟਾ ਮਗਰ ਨੀਲੀ ਰਾਵੀ ਦਾ ਆ ਗਿਆ। ਪਰ ਆਹ ਦੇਖ ਸਕਦੇ ਕਰੀ ਤੁਹਾਨੂੰ ਤੋੜ ਕੇ ਦਿਖਾ ਦਈਏ ਜੀ। ਪਰਸੋਂ ਦੀ ਸੋਈ ਵੀਰ ਜੀ ਹੁਣੀ ਦੱਸਦੇ ਆ, ਇੱਕ ਥਣ ਥੋੜ੍ਹਾ ਜਿਹਾ ਉੱਚਾ ਰੱਖਦੀ ਹੈ ਵੀਰ ਜੀ। ਹੁਣ ਫੌਜੀ ਸਾਹਿਬ ਉਹਨਾਂ ਤੋਂ ਪੁੱਛਾਂਗੇ ਤਾਂ ਕੀ ਕਾਰਨ ਆ ਥਣ ਉੱਚਾ ਰੱਖਣ ਦਾ, ਅਤੇ ਉਂਝ ਤੁਸੀਂ ਕੱਦ ਕੱਟ ਦਾ ਅੰਦਾਜ਼ਾ ਫੌਜੀ ਸਾਹਿਬ ਦੀ ਉਹਨਾਂ ਦੀ ਹਾਈਟ ਤੋਂ ਲਗਾ ਹੀ ਸਕਦੇ ਜੀ। ਆਹ ਦੇਖ ਸਕਦੇ ਤੁਸੀਂ ਬਹੁਤ ਉੱਚਾ ਲੰਮਾ ਕੱਦ ਕਾਠ ਹੈ। ਤੁਸੀਂ ਪੁੜਿਆਂ ਤੋਂ ਵੀ ਅੰਦਾਜ਼ਾ ਲਗਾ ਸਕਦੇ ਜੇ ਕਿ ਅਜੇ ਬਿਲਕੁਲ ਤਾਜ਼ੀ ਸੂਈ ਆ, ਉਹਦੇ ਕਰਕੇ ਥੋੜ੍ਹੀ ਆਪਾਂ ਨੂੰ ਦੁਬਲੀ ਵੀ ਲੱਗ ਰਹੀ ਆ। ਉਸ ਤਰ੍ਹਾਂ ਝੋਟੀ ਦਾ ਕੱਦ ਕਾਠ ਅਤੇ ਬੋਡੀ ਵੇਟ ਬਹੁਤ ਹੀ ਸੋਹਣਾ। ਫੌਜੀ ਸਾਹਿਬ ਕਹਿ ਰਹੇ ਆ ਕਿ ਮੇਰੀ ਵੀ 6 ਫੁੱਟ ਹਾਈਟ ਆ, ਅਤੇ ਫੌਜੀ ਸਾਹਿਬ ਦੇ ਬਿਲਕੁਲ ਬਰਾਬਰ ਹੀ ਆ ਰਹੀ ਆ, ਤੁਸੀਂ ਉੱਥੋਂ ਅੰਦਾਜ਼ਾ ਲਗਾ ਸਕਦੇ ਜੀ। ਬਹੁਤ ਉੱਚੇ ਢਾਂਚੇ ਦੀ ਅੱਜ ਤੁਹਾਨੂੰ ਝੋਟੀ ਦਿਖਾ ਰਹੇ ਹਾਂ। ਬੰਦ ਆ ਫੌਜੀ ਸਾਹਿਬ, ਆ ਦੇਖ ਸਕਦੇ ਤੁਸੀਂ ਬਹੁਤ। ਵੀਡੀਓ 'ਚ ਹੋ ਸਕਦਾ ਤੁਹਾਨੂੰ ਪੂਰੇ ਕੱਦ ਦਾ ਅੰਦਾਜ਼ਾ ਨਾ ਹੋ ਸਕੇ, ਪਰ ਬਹੁਤ ਉੱਚਾ ਝੋਟੀ ਦਾ ਕੱਦ ਆ। ਕੋਈ ਵੀ ਵੀਰ ਆਣ ਕੇ ਆਪਣਾ ਦੇਖੇ, 2 ਟਾਈਮ 3 ਟਾਈਮ ਤਸੱਲੀ ਕਰੇ। ਸਾਡਾ ਕੰਮ ਹੁੰਦਾ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਾਉਣਾ, ਤੁਹਾਡਾ ਕੰਮ ਹੁੰਦਾ ਇੱਥੇ ਆਣ ਕੇ ਆਪਣਾ ਤਸੱਲੀ ਕਰਕੇ ਪਸ਼ੂ ਖਰੀਦਣਾ। ਹਾਂਜੀ ਫੌਜੀ ਸਾਹਿਬ, ਆਪਾਂ ਦੇਖ ਪਾ ਰਹੇ ਕਿ ਇੱਕ ਥਾਂ ਥੋੜ੍ਹਾ ਅਜੇ ਉੱਚਾ ਰੱਖਦੀ, ਉਹਦਾ ਕੀ ਕਾਰਨ ਹੈ ਜੀ? ਇਹ ਨਾ ਰਾਤ ਕੱਟਾ ਪਿੱਛੇ ਵੱਧਾ ਸੀ, ਡੰਗਰ ਜਦੋਂ ਵੱਧੇ ਤਾਂ ਮੈਂ ਕੱਟਾ ਪਿੱਛੇ ਬੰਨਤਾ, ਤਾਜ਼ਾ ਸੂਈ, ਕੱਟਾ ਥੋੜ੍ਹਾ ਸਾਈਡ 'ਤੇ ਕਰਦਾ ਤਾਂ ਜ਼ਿਆਦਾ ਡਿੰਗਦੀ ਸੀ। ਜਦੋਂ ਮੈਂ ਸਵੇਰੇ ਆਇਆ ਤਾਂ ਉਹਨੇ ਇੱਕ ਥਾਂ ਚੁੰਘ ਲਿਆ ਸੀ,
ਇਹ ਕਰਕੇ ਥੋੜ੍ਹਾ ਜਿਹਾ ਦਿਖਾ ਰਹੀ। ਬਾਕੀ ਜਿਹਨੇ ਲੈਣੀ ਆ ਮੇਰੇ ਵੀਰ ਨੇ ਤਸੱਲੀ ਕਰੇ ਚੋ ਕੇ, ਬਾਕੀ ਥਣ ਦੀ ਕੋਈ ਐਸੀ ਪ੍ਰੋਬਲਮ ਨਹੀਂ ਆ, ਥਣ ਪੂਰੇ। ਅੱਛਾ, ਉਸ ਤਰ੍ਹਾਂ ਮਤਲਬ ਥਣ ਪੂਰੇ ਆ ਅਤੇ ਉਹ ਥੋੜ੍ਹਾ ਕੱਟੇ ਚੁੰਘਣ ਕਰਕੇ? ਹਾਂ, ਰਾਤ ਚੁੰਘਣ ਕਰਕੇ ਉਹ ਥੋੜ੍ਹਾ ਜਿਹਾ ਜ਼ਿਆਦਾ ਛੋਟਾ ਲੱਗ ਰਿਹਾ, ਬਾਕੀ ਇੱਦਾਂ ਦਾ ਕੋਈ ਚੱਕਰ ਨਹੀਂ। ਠੀਕ ਹੈ, ਹਾਂਜੀ ਹਾਂਜੀ। ਅਤੇ ਇਸ ਟਾਈਮ ਕਿੰਨਾ ਬੋਲਾ ਤਿਆਰ ਹੈ ਜੀ? ਇਸ ਟਾਈਮ 9 ਲੀਟਰ ਬੋਲਾ ਤਿਆਰ ਆ। 9 ਲੀਟਰ? ਹਾਂ, ਪਰਸੋਂ ਸੂਈ ਆ। ਪਰਸੋਂ ਸੂਈ ਆ। 15-16 ਲੀਟਰ ਦੁੱਧ ਦੇ ਥੱਲੇ ਅਸੀਂ ਚੋਦੇ ਰਹੇ ਹਾਂ ਪਹਿਲਾਂ। 15-16 ਲੀਟਰ ਦੁੱਧ ਤੋਂ ਅਸੀਂ ਚੋਂਦੇ ਰਹੇ, ਅਤੇ ਕੀ ਉਮੀਦ ਕਰਦੇ ਆ ਕਿ ਸੂਬੇ ਕਿੰਨਾ ਕਰੂਗੀ ਜੀ? ਐਰਕੀ ਵੀ ਇਹ ਉਮੀਦ ਕਰਦੇ ਹਾਂ 16 ਤੋਂ ਪਲੱਸ ਹੀ ਜਾਊਗੀ। ਠੀਕ ਹੈ ਜੀ। ਔਰ ਬੜੀ ਉਮੀਦ ਹੈ ਥੋੜ੍ਹਾ ਜਿਹਾ, ਇਹ ਮੈਂ ਨੌਕਰੀ ਕਾਰਨ ਮੈਂ ਹੁਣ ਪੈਨਸ਼ਨ ਆਇਆ 1 ਦਸੰਬਰ ਨੂੰ, ਇਹ ਕਰਕੇ ਪਿੱਛੇ ਸਾਂਭਣ ਵਾਲਾ ਕੋਈ ਨਹੀਂ, ਅਤੇ ਲਿੱਸੇ ਥੋੜ੍ਹੇ ਜਿਹੇ ਡੰਗਰ, ਬਾਕੀ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ। ਇਹ ਹੁਣ ਗਾਂ ਪੱਠੇ ਪੁੱਠੇ ਹੋ ਕੇ ਰਾਜੀ ਹੋ ਜਾਣਗੇ। ਅਤੇ ਕਿੰਨਵੇਂ ਸੂਬੇ ਸੂਈ ਆ ਜੀ? ਇਹ ਤੀਜੇ ਸੂਬੇ ਸੂਈ। ਤੀਜੇ ਸੂਬੇ ਸੂਈ ਹੈ, ਅਤੇ ਦੂਜੇ ਸੂਬੇ ਦਾ ਮਿਲਕ ਰਿਕਾਰਡ 15 ਤੋਂ 16 ਰਿਹਾ। ਹਾਂਜੀ ਹਾਂਜੀ। ਅਤੇ ਐਰਕੇ ਤੁਸੀਂ ਉਮੀਦ ਕਰਦੇ 16 ਤੋਂ ਪਲੱਸ ਜਾਊਗੀ? ਕੋਈ ਮੇਰਾ ਵੀਰ ਚੰਗਾ ਘਰੇ ਵਾ ਸ਼ੌਕੀਨ ਲੈ ਕੇ ਜਾਊਗਾ, ਸੇਵਾ ਕਰੂਗਾ, ਅਤੇ 16 ਲੀਟਰ ਤੋਂ ਤਾਂ ਹੀ ਜਾਊਗੀ, ਥੱਲੇ ਨਹੀਂ ਆਉਂਦੀ। ਠੀਕ ਹੈ, ਹਾਂਜੀ ਹਾਂਜੀ। ਅਤੇ ਫੌਜੀ ਸਾਹਿਬ ਕੀ ਆਪਾਂ ਇਹਦਾ ਮੁੱਲ ਕਰਦੇ ਜੀ? ਇਹਦਾ 85,000 ਮੁੱਲ ਕਰਦੇ ਜੀ। 85,000 ਮੁੱਲ ਕਰਦੇ, ਬਿਲਕੁਲ ਜਾਇਜ਼ ਜੀ। ਮੰਗਣ ਨੂੰ 1.25 ਲੱਖ ਵੀ ਮੰਗ ਲਓ, ਜਿੱਡੀ ਮਾਝਾ, ਮੈਂ 6 ਫੁੱਟ ਦਾ, ਮੇਰੇ ਇੱਥੇ ਮੋਢਿਆਂ 'ਤੇ ਆਉਂਦੀ ਹੈ, ਅਤੇ ਮੰਗਣ ਨੂੰ ਭਾਵੇਂ 1.25 ਲੱਖ ਮੰਗ ਲਓ, ਆਪਾਂ ਦੇਣ ਲੈਣ ਵਾਲੀ ਗੱਲ ਕੀਤੀ 85,000 ਰੁਪਇਆ। ਅਤੇ ਮੌਕੇ 'ਤੇ ਮਾਨਤਾਨ ਹੋ ਜੂਗਾ? ਮੌਕੇ 'ਤੇ ਥੋੜ੍ਹਾ ਬਹੁਤਾ ਮਾਨਤਾਨ ਹੋ। ਅੱਛਾ, ਉੱਚੋ ਵੀ ਮੌਕੇ 'ਤੇ ਮਾਨਤਾਨ ਹੋ ਜੂਗਾ ਜੀ। ਆਹ ਫਿਰ ਆਪਾਂ ਹੁਣ ਦੂਸਰੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾਵਾਂਗੇ। ਫੌਜੀ ਸਾਹਿਬ ਉਹਨਾਂ ਨੇ ਇਹਦਾ 85,000 ਮੁੱਲ ਕੀਤਾ, ਇਹਦੇ ਉੱਚੋਂ ਵੀ ਮੌਕੇ 'ਤੇ ਮਾਨਤਾਨ ਹੋਊਗਾ ਜੀ। ਆਹ ਦੇਖ ਸਕਦੇ ਹੁਣ, ਬਹੁਤ ਸੋਹਣੀ ਅਤੇ ਬਹੁਤ ਪਿਆਰੀ ਝੋਟੀ ਤੁਹਾਨੂੰ ਦਿਖਾਉਣੀ ਆ। ਬਹੁਤ ਸ਼ੌਕੀਨ ਡੰਗਰ ਫੌਜੀ ਸਾਹਿਬ ਉਹਨਾਂ ਨੇ ਰੱਖੇ ਆ। ਇਹਦਾ ਦੇਖੋ, ਬਿਲਕੁਲ ਮੂੰਹ ਪਤਲਾ ਹੈ। ਹਾਂਜੀ ਹਾਂਜੀ, ਮੂੰਹ ਪਤਲਾ ਹੈ ਔਰ ਸਿੰਘ ਥੋੜ੍ਹੇ ਸਗੁੱਲੇ ਆ, ਬਾਕੀ ਧੌਣ ਪਤਲੀ ਹੈ। ਹਾਂਜੀ, ਮੱਝ ਭਾਰੀ ਆ, ਵਧੀਆ ਕੁਆਲਿਟੀ ਦੀ ਮੱਝ ਹੈ। ਠੀਕ ਹੈ ਜੀ। ਇਹਨੂੰ ਮੈਂ ਸਿਮਨ ਲਵਾਏ ਸੀ, M29 ਦਾ ਕੱਟਾ ਇੱਕ ਨਾਲ। ਹਾਂਜੀ, ਇਹ 15 ਕੁ ਮਹੀਨਿਆਂ ਦੇ ਵੀ ਆ। ਕੱਟਾ ਵੀ ਇਹਦਾ ਹੀ ਆ ਜੀ? ਹਾਂ, ਕੱਟਾ ਵੀ ਇਹਦਾ ਹੀ ਹੈ। ਠੀਕ ਹੈ ਜੀ। ਹਾਂਜੀ ਹਾਂਜੀ, ਇੱਕ ਵਾਰੀ ਖੋਲ ਕੇ ਦਿਖਾ ਦਈਏ ਆਪਾਂ। ਅਤੇ ਹੁਣ ਇਹ ਹੈਗੀ ਆ ਗੱਬਣ। ਗੱਬਣ ਹੈ, ਗੱਬਣ 20-25 ਦਿਨ ਨੂੰ ਸੁਣਦੀ ਹੈ। ਅੱਛਾ, 20-25 ਦਿਨ ਖੜਦੀ ਹੈ। ਆਹ ਦੇਖ ਸਕਦੇ ਗੱਬਣ ਝੋਟੀ ਤੁਹਾਨੂੰ ਦਿਖਾ ਰਹੇ ਹਾਂ, 20-25 ਦਿਨ ਫੌਜੀ ਸਾਹਿਬ ਹੋਣੀ ਕਹਿੰਦੇ ਕਿ ਖੜਦੇ ਆ। ਥਣ ਹਵਾਨੇ ਦੀ ਕੁਆਲਿਟੀ ਤੁਸੀਂ ਦੇਖ ਸਕਦੇ, ਲਾਗੇ ਤੋਂ ਹੁਣੇ ਹਵਾਨਾ ਤਿਆਰ ਕਰਨਾ ਸ਼ੁਰੂ ਕਰਤਾ ਹੈ। ਆਹ ਦੇਖ ਸਕਦੇ ਤੁਸੀਂ, ਬਾਕੀ ਫੇਸ ਕੁਆਲਿਟੀ ਬਾਰੇ ਤੁਹਾਨੂੰ ਫੌਜੀ ਸਾਹਿਬ ਉਹਨਾਂ ਨੇ ਪਹਿਲਾਂ ਹੀ ਦੱਸਤਾ ਹੈ ਕਿ ਪਤਲਾ ਫੇਸ ਆ ਰਿਹਾ ਹੈ। ਆਹ ਦੇਖ ਸਕਦੇ, ਬਹੁਤ ਸੋਹਣਾ ਹਵਾਨਾ ਤਿਆਰ ਕਰੂਗੀ, ਅਤੇ ਥਣ ਵੀ ਬਹੁਤ ਸੋਹਣਾ ਲੱਗਾ ਝੋਟੀ ਦੇ। ਕੱਦ ਕਾਠ ਦੀ ਹੈ ਵੀ ਦੋਸਤੋ, ਬਹੁਤ ਉੱਚੀ ਆ ਅਤੇ ਸੋਹਣੀ ਸੁਨੱਕੀ ਸ਼ੌਕੀਨ ਝੋਟੀ। ਥੋੜ੍ਹਾ ਜਿਹਾ ਡਰਦੀ ਆ ਕੈਮਰੇ ਤੋਂ, ਕਈ ਵਾਰੀ ਪਸ਼ੂ ਜਿਹੜੇ ਆ ਘਰ ਵਾਲੇ ਉਹ ਡਰ ਜਾਂਦੇ ਆ। ਬਾਕੀ ਫੇਸ ਕੁਆਲਿਟੀ ਤੁਸੀਂ ਦੂਰ ਤੋਂ ਦੇਖ ਸਕਦੇ ਜੀ, ਕੱਦ ਕਾਠ ਵੀ ਤੁਸੀਂ ਦੂਰ ਤੋਂ ਦੇਖ ਸਕਦੇ ਜੀ। ਹੁਣ ਫੌਜੀ ਸਾਹਿਬ ਉਹਨਾਂ ਤੋਂ ਪੁੱਛਾਂਗੇ ਕੀ ਇਹਦਾ ਮਿਲਕ ਰਿਕਾਰਡ ਆ, ਕੀ ਇਹਦਾ ਮੁੱਲ ਕਰਦੇ ਆ। ਘਰੇ ਤੁਹਾਨੂੰ ਮੈਂ ਫਿਰ ਵੀ ਥਣਾਂ ਦੀ ਕੁਆਲਿਟੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ। ਦੇਖ ਸਕਦੇ ਮਿਲਕ ਵੇਨਸ ਵੀ ਤੁਸੀਂ ਦੇਖ ਸਕਦੇ, ਬਹੁਤ ਸੋਹਣੀਆਂ ਮਿਲਕ ਵੇਨਸ ਜਾ ਰਹੀਆਂ ਹੈ, ਅਤੇ ਥਣ ਵੀ ਬਹੁਤ ਸੋਹਣਾ ਲੱਗਾ। ਹਾਂਜੀ ਫੌਜੀ ਸਾਹਿਬ, ਇਹਨੇ ਕਿੰਨਵੇਂ ਸੂਬੇ ਸੋਣਾ ਜੀ? ਅੱਛਾ, ਇਹਨੇ ਵੀ ਤੀਜੇ ਸੋਣਾ ਹੈ, ਦੇਖਣ ਨੂੰ ਲੱਗਦੀ ਨਹੀਂ ਤੀਜੇ ਵੈਸੇ ਨਾ, ਇਹ ਕੱਦ ਚ ਤੇ ਮੰਨ ਲਓ ਉਮਰ ਚ ਤੇ ਲੱਗ ਰਹੀ ਦੂਜੇ ਸੂਬੇ ਨਹੀਂ ਮਾਰਨਾ। ਹਾਂਜੀ, ਤੀਜੇ ਸੂਬੇ ਸੋਣਾ, ਪਹਿਲੇ ਸੂਬੇ ਦਾ ਹੀ ਕੱਟਾ ਆ। ਅੱਛਾ, ਪਹਿਲੇ ਸੂਬੇ ਦਾ ਹੀ ਕੱਟਾ ਕੱਟਾ ਔਰ ਦੂਜੇ ਸੂਬੇ ਆ ਕੱਟੀ ਦਿੱਤੀ ਇਹਨੇ। ਅੱਛਾ, ਦੂਜੇ ਸੂਬੇ ਦੀ ਉਹ ਕੱਟੀ ਆ ਤੇ ਪਹਿਲੇ ਦਾ ਕੱਟਾ। ਸਿੰਬਲ ਲਵਾਉਂਦੇ ਰਿਹਾ ਵਧੀਆ। ਠੀਕ ਹੈ ਜੀ। ਇਹ ਕੱਟੇ ਨੂੰ ਮੱਝ ਜਦੋਂ ਕੱਟਾ ਦਿੱਤਾ M29 ਦਾ ਲਵਾਇਆ ਸੀ। ਠੀਕ ਹੈ, ਇਹ ਕੱਟਾ ਵੀ ਬਹੁਤ ਸੋਹਣਾ, ਕੱਟਾ ਵੀ ਦੇਣਾ ਆ। ਅੱਛਾ, ਕੱਟਾ ਵੀ ਸੇਲ ਕਰ ਦੇਣਾ ਅੱਜ। ਬਾਕੀ ਇਹ 25 ਦਿਨਾਂ ਜੇ ਖੜਦੀ ਆ। ਹਾਂਜੀ, ਔਰ 25 ਦਿਨਾਂ ਤੱਕ ਸੂਗੀ ਇਹ ਮੱਝ। ਠੀਕ ਹੈ ਜੀ। ਹਾਂਜੀ, ਤੇ ਇਹਦਾ ਕੀ ਮਿਲਕ ਰਿਕਾਰਡ ਰਿਹਾ ਜੀ ਪਿਛਲੇ ਸੂਬੇ ਦਾ? ਰਿਕਾਰਡ 12 ਲੀਟਰ ਮੈਂ ਇਹਦੇ ਥੱਲੇ ਚੋਂਦ ਰਿਹਾ ਦੁੱਧ ਪਿਛਲੇ ਸੂਬੇ, ਦੂਜੇ ਸੂਬੇ ਦਾ 12 ਲੀਟਰ ਇਹਦਾ ਰਿਹਾ। ਹਾਂਜੀ, ਦੂਜੇ ਤਿਆਰ ਕੀ ਉਮੀਦ ਕਰਦੇ? ਥੋੜ੍ਹਾ ਜਿਹਾ ਮੈਂ ਸਰਵਿਸ ਕਰਕੇ ਹੁਣ ਪੈਨਸ਼ਨ ਆਇਆ, ਅਤੇ ਸਰਵਿਸ ਕਰਕੇ ਮੈਂ ਪਿੱਛੇ ਸੇਵਾ ਕਰਨ ਵਾਲਾ ਕੋਈ ਹੈ ਨਹੀਂ। ਹਾਂਜੀ, ਇਹ ਕਰਕੇ ਤਾਂ ਐਰ ਕੀ ਉਮੀਦ ਹੈ ਵੀ ਕੋਈ ਚੰਗੀ ਸੇਵਾ ਕਰੂਗਾ ਅਤੇ 14-15 ਲੀਟਰ ਦੁੱਧ ਚੋ ਸਕਦਾ। ਅੱਛਾ, 14-15 ਲੀਟਰ ਤੱਕ ਪਹੁੰਚ ਸਕਦੀ ਚੰਗੀ ਸੇਵਾ ਦੇ ਨਾਲ? ਹਾਂਜੀ ਦੋਸਤੋ, ਇਹ ਤੁਸੀਂ ਦੇਖ ਵੀ ਸਕਦੇ ਜੇ ਇਹੋ ਜਿਹੀਆਂ ਝੋਟੀਆਂ ਹੁੰਦੀਆਂ ਜਿਹੜੀਆਂ 14-15 ਲੀਟਰ ਦੁੱਧ ਕੱਢਦੀਆਂ, ਇਹੋ ਜਿਹੀ ਝੋਟੀ ਨੇ 14-15 ਲੀਟਰ ਨਾਲ ਦੁੱਧ ਕੱਢਿਆ ਅਤੇ ਫਿਰ ਕੀ ਕੱਢਿਆ। ਬਹੁਤ ਸੋਹਣਾ ਕੱਦ ਕਾਠ ਅਤੇ ਹਵਾਨੇ ਦੀ ਕੁਆਲਿਟੀ ਤੁਹਾਨੂੰ ਇੱਕ ਵਾਰੀ ਫਿਰ ਤੋਂ ਦਿਖਾ ਦਈਏ। ਹਾਂਜੀ ਫੌਜੀ ਸਾਹਿਬ, ਫਿਰ ਇਹਦਾ ਕੀ ਰੇਟ ਕਰਦੇ ਜੀ? ਇਹਦਾ 80,000 ਬਿਲਕੁਲ ਜਾਇਜ਼ ਆ। ਆਪਾਂ ਇਹਨੇ 1.25-1.5 ਲੱਖ ਮੰਗਦੇ ਮੈਂ ਵੇਖਿਆ, ਔਰ ਆਪਾਂ ਬਿਲਕੁਲ 80,000 ਇਹਦੇ 'ਚ ਥੋੜ੍ਹਾ ਬਹੁਤਾ ਮਾਨਤਾਨ ਹੋ ਜੂਗਾ। ਅੱਛਾ, ਇਹ ਵੀ ਮੌਕੇ 'ਤੇ ਮਾਨਤਾਨ ਹੋ ਜੂਗਾ ਜੀ? ਹਾਂਜੀ ਹਾਂਜੀ, ਠੀਕ ਹੈ ਜੀ। ਉਹ ਹੁਣ ਆਪਾਂ ਕੱਟੇ ਬਾਰੇ ਦੱਸ ਦਈਏ ਜੀ, ਕੱਟਾ ਆਪਾਂ ਇਸ ਤਰ੍ਹਾਂ ਹੀ ਦਿਖਾ ਦਈਏ। ਕੱਟਾ ਬਹੁਤ ਸੋਹਣਾ ਹੈ, ਇਹ
ਐਮਨਤੀ ਦਾ ਕੱਟਾ ਹੈ। ਹਾਂਜੀ ਆਹ ਦੇਖ ਸਕਦੇ ਆ ਐਮਨਤੀ ਦਾ ਕੱਟਾ। ਹਾਂ ਬਹੁਤ ਸ਼ੌਂਕ ਨਾਲ ਰੱਖਿਆ ਸੀ ਮੈਂ। ਠੀਕ ਹੈ ਜੀ। ਤੇ ਇਹ ਹੁਣ ਮੇਰਾ ਇਰਾਦਾ ਮੈਂ ਦੇ ਦਈਏ ਸੇਵਾ, ਮੇਰੇ ਕੋਲ ਇੰਨੀ ਸੇਵਾ ਨਹੀਂ ਹੁੰਦੀ ਤਕੜਾ। ਠੀਕ ਹੈ ਜੀ। ਤੇ ਬਹੁਤ ਸ਼ਕੀਨ ਕੱਟਾ ਹੈ, ਕੋਈ ਮੇਰਾ ਵੀਰ ਸੇਵਾ ਕਰਨ ਵਾਲਾ ਹੋਊਗਾ ਤਾਂ ਬਹੁਤ ਵਧੀਆ ਆਸਾਨ ਬਣੂਗਾ। ਠੀਕ ਹੈ ਜੀ। ਕਿੰਨੀ ਉਮਰ ਹੋ ਗਈ ਜੀ ਇਹਦੀ ਹੁਣ? ਇਹਦੀ 15 ਕੁ ਮਹੀਨੇ ਉਮਰ ਜੀ। 15 ਮਹੀਨੇ ਉਮਰ ਹੈ। ਹਾਂਜੀ ਹਾਂਜੀ। ਠੀਕ ਹੈ ਜੀ। ਤੇ ਕੀ ਮੁੱਲ ਕਰਦੇ ਜੀ ਇਹਦਾ ਫਿਰ? ਇਹਦਾ ਮੁੱਲ 35,000। ਠੀਕ ਹੈ ਜੀ 35,000। ਆਹ ਦੇਖ ਸਕਦੇ ਤੁਸੀਂ 15 ਮਹੀਨੇ ਕੱਟੇ ਦੀ ਉਮਰ ਆ, ਐਮਨਤੀ ਦਾ ਕੱਟਾ, ਅਤੇ 35,000 ਫੌਜੀ ਸਾਹਿਬ ਹੁਣਾਂ ਨੇ ਇਹਦਾ ਰੇਟ ਕੀਤਾ ਹੈ। ਅਤੇ ਮੌਕੇ 'ਤੇ ਮਾਨ ਤਾਂਡ 'ਤੇ ਚਲੋ ਹੋ ਹੀ ਜਾਂਦਾ ਥੋੜ੍ਹਾ ਬਹੁਤਾ। ਆਹ ਦੇਖ ਸਕਦੇ ਬਹੁਤ ਸੋਹਣੀ ਹਾਈਟ ਕੱਟਾ ਵੀ ਕੱਢ ਰਿਹਾ, ਫੇਸ ਕੁਆਲਿਟੀ ਇੱਕ ਵਾਰੀ ਤੁਹਾਨੂੰ ਫਿਰ ਤੋਂ ਦਿਖਾ ਦਈਏ ਲਾਗੇ ਤੋਂ। ਆਹ ਦੇਖ ਸਕਦੇ ਬਿਲਕੁਲ ਕੁੰਡਾ ਸਿੰਘ ਕਰੂਗਾ, ਸਿੰਘ ਬਹੁਤ ਵਧੀਆ ਕਰ ਰਿਹਾ। ਬਾਕੀ ਤੁਸੀਂ ਮੂੰਹ ਮੱਥੇ ਦਾ ਅੰਦਾਜ਼ਾ ਲਗਾ ਸਕਦੇ ਜੇ, ਜਿਹੜੇ ਸੂਝਵਾਨ ਵੀਰ ਆਪਣੀ ਵੀਡੀਓ ਦੇਖ ਰਹੇ ਉਹਨਾਂ ਨੇ ਦੇਖਦੇ ਨਸਲ ਨੂੰ ਪਛਾਣ ਲੈਣਾ ਵੀ ਹਾਂਜੀ ਵੀ ਬਰੀਡ ਹੈ ਕੋਈ ਚੀਜ਼ ਹੈ। ਆਹ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਅਤੇ ਸ਼ਕੀਨ ਕੱਟਾ। ਆਹ ਫੌਜੀ ਸਾਹਿਬ ਹੁਣ ਆਪਾਂ ਵੈਡ ਬਾਰੇ ਵੈਡ ਦਿਖਾਈਏ। ਹਾਂਜੀ ਕਿਸਾਨ ਵੀਰੋ, ਇੱਕ ਤੁਹਾਨੂੰ ਅੱਜ ਇੱਕ ਦੇਸੀ ਵੈਡ ਵੀ ਦਿਖਾਉਣੀ ਹੈ, ਪੰਜਾਬ ਦੀ ਬਰੀਡ ਆ ਜਿਹੜੀ ਵੈਡ ਹੈ। ਪਹਿਲੇ ਸੂਏ ਪਹਿਲੇ ਸੂਬੇ ਵੈਡ 15 ਦਿਨ ਹੋ ਗਏ ਸੂਈ ਨੂੰ। ਠੀਕ ਹੈ ਜੀ। ਔਰ 11 ਲੀਟਰ ਦੁੱਧ ਹੈ, ਬੱਚੇ ਵੱਛਾ ਇਹਦੇ ਮਗਰ ਬੱਚੇ ਨੂੰ ਛੱਡ ਕੇ ਮੈਂ 10 ਲੀਟਰ ਚੋ ਰਿਹਾ। ਠੀਕ ਹੈ ਜੀ। ਔਰ ਬਹੁਤ ਵਧੀਆ ਗਾਂ ਆ, ਮੁੱਲ ਵੀ ਆਪਾਂ ਜ਼ਿਆਦਾ ਨਹੀਂ 30,000 ਮੁੱਲ ਮੰਗਦੇ ਹਾਂ ਇਹਦਾ। ਠੀਕ ਹੈ। ਇਹਦੇ ਵਿੱਚ ਵੀ ਥੋੜ੍ਹਾ ਬਹੁਤਾ ਮਾਨ ਤਾਨ ਕਰ ਲਵਾਂਗੇ। ਠੀਕ ਹੈ ਜੀ। ਹਾਂਜੀ। ਅਤੇ ਦੁੱਧ ਦੀ ਤਸੱਲੀ ਕੋਈ ਆਪਣਾ 2 ਟਾਈਮ 3 ਟਾਈਮ ਚੋ ਕੇ ਕਰ ਸਕਦੇ? ਤਸੱਲੀ 2 ਟਾਈਮ ਚੋ ਕੇ ਮੇਰਾ ਵੀਰ ਚੈੱਕ ਕਰਕੇ ਫਿਰ ਲੈ ਕੇ ਜਾ ਸਕਦਾ। ਠੀਕ ਹੈ ਜੀ। ਦੁੱਧ ਜਿੰਨਾ ਦੱਸਿਆ ਉਹ ਤੋਂ ਮਾਸਾ ਵੱਧ ਹੋਊਗਾ, ਘੱਟ ਨਹੀਂ ਹੋਊਗਾ। ਠੀਕ ਹੈ। 10 ਲੀਟਰ ਬੱਚੇ ਨੂੰ ਛੱਡ ਕੇ 10 ਲੀਟਰ ਦੁੱਧ ਚਵਾਵਾਂਗੇ। ਠੀਕ ਹੈ ਜੀ। ਹਾਂਜੀ ਠੀਕ ਹੈ ਜੀ। ਇੱਕ ਵਾਰੀ ਫੌਜੀ ਸਾਹਿਬ ਇਹ ਵੀ ਤੋਰ ਕੇ ਦਿਖਾ ਦਈਏ ਜੀ। ਆਹ ਦੇਖ ਸਕਦੇ ਤੁਸੀਂ ਥਣਾਂ ਦੀ ਕੁਆਲਿਟੀ ਦੂਰ ਤੋਂ। ਮਿਲਕ ਵੇਂਸ ਵੀ ਤੁਸੀਂ ਦੇਖ ਸਕਦੇ, ਪਹਿਲੇ ਸੂਬੇ ਵੈਡ ਸੂਈ ਆ ਅਤੇ ਮਗਰ ਇਹਦੇ ਬੱਚਾ ਆ ਗਿਆ। 30,000 ਫੌਜੀ ਸਾਹਿਬ ਹੁਣ ਡਿਮਾਂਡ ਕੀਤੀ ਆ। ਆਹ ਦੇਖ ਸਕਦੇ ਹਵਾਨੇ ਦੀ ਕੁਆਲਿਟੀ ਵੀ ਤੁਸੀਂ। ਬਹੁਤ ਸੋਹਣਾ ਆਰਡਰ, ਬਿਲਕੁਲ ਕੰਪੈਕਟ ਜਿਹਾ। ਪੰਜਾਬ ਦੀ ਦੇਸੀ ਗਾਂ ਤੁਹਾਨੂੰ ਦਿਖਾ ਰਹੇ ਹਾਂ, ਜਿਨ੍ਹਾਂ ਦਾ ਦੁੱਧ ਬਿਲਕੁਲ ਮੱਝਾਂ ਵਰਗਾ ਹੁੰਦਾ ਹੈ, ਫੈਟ 'ਚ ਵੀ ਅਤੇ ਕੁਆਲਿਟੀ 'ਚ ਵੀ। ਫੌਜੀ ਸਾਹਿਬ ਹੋਰ ਕੁਛ ਕਹਿਣਾ ਚਾਹੋਗੇ ਜੀ? ਬਹੁਤ ਧੰਨਵਾਦ ਮੇਰਾ ਵੀਰ, ਜਿਹੜਾ ਲੈ ਕੇ ਜਾਊਗਾ ਘਰ ਰੱਖਣ ਵਾਸਤੇ ਬਹੁਤ ਵਧੀਆ ਜਾਨਵਰ ਹੈ। ਹਾਂਜੀ। ਔਰ ਮੈਂ ਹੁਣ ਪੈਨਸ਼ਨ ਆਇਆ ਅਤੇ ਮੈਂ ਸੋਚਦਾ ਕਿ ਹੋਰ ਕੋਈ ਕਾਰੋਬਾਰ ਕਰਨਾ। ਠੀਕ ਹੈ। ਡੰਗਰਾਂ ਦੇ ਵਿੱਚ ਬਾਹਰ ਨਿਕਲਾਂ। ਠੀਕ ਹੈ ਜੀ। ਹਾਂਜੀ ਹਾਂਜੀ ਠੀਕ ਹੈ ਫੌਜੀ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ, ਥੈਂਕ ਯੂ ਸਰ। ਠੀਕ ਹੈ ਜੀ। ਆਹ ਇੱਕ ਵਾਰੀ ਕਿਸਾਨ ਵੀਰ ਤੁਹਾਨੂੰ ਇੱਕ ਵਾਰੀ ਫਿਰ ਤੋਂ ਸਾਰੇ ਪਸ਼ੂ ਦਿਖਾ ਦਈਏ। ਆਹ ਬਹੁਤ ਸੋਹਣੀ ਵੈਡ, ਫੌਜੀ ਸਾਹਿਬ ਉਹਨਾਂ ਨੇ ਇਹਦਾ 30,000 ਮੁੱਲ ਕੀਤਾ ਅਤੇ ਉਹ 'ਚ ਵੀ ਮੌਕੇ 'ਤੇ ਮਾਨ ਤਾਨ ਹੋਜੂਗਾ। 11 ਲੀਟਰ ਦੁੱਧ ਇਸ ਟਾਈਮ ਤਿਆਰ ਦੱਸਦੇ ਆ ਅਤੇ 14-15 ਦਿਨ ਸੂਈ ਨੂੰ ਹੋ ਗਏ ਆ। ਬਾਕੀ ਇੱਕ ਆ ਝੋਟੀ, ਬਹੁਤ ਚੰਗੇ ਉੱਚੇ ਲੰਮੇ ਕੱਦ ਕੱਢਦੀ ਝੋਟੀ, ਪਰਸੋਂ ਸੂਈ ਆ ਅਤੇ ਦੁੱਧ ਇਹਦੀ ਵੀ ਉਮੀਦ ਕਰਦੇ ਕਿ 16 ਤੋਂ ਬਾਹਰ ਜਾਊਗੀ। ਆਹ ਥਣ ਥੋੜ੍ਹਾ ਜਿਹਾ ਉੱਚਾ ਰੱਖਦੀ ਆ ਅਤੇ ਉਹਦਾ ਫੌਜੀ ਸਾਹਿਬ ਉਹਨਾਂ ਨੇ ਆਪਾਂ ਨੂੰ ਦੱਸਤਾ ਹੈ ਥਣ ਬਿਲਕੁਲ ਬਰਾਬਰ ਹੈ, ਕੋਈ ਵੀ ਆਪਣਾ 2 ਟਾਈਮ 3 ਟਾਈਮ ਤਸੱਲੀ ਕਰਕੇ ਲਿਜਾ ਸਕਦਾ ਜੀ। ਕਰੀ ਤੁਹਾਨੂੰ ਥਣਾਂ ਦੀ ਕੁਆਲਿਟੀ ਦਿਖਾ ਦਈਏ, ਇੱਧਰ ਫੇਸ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਲਾਗੇ ਤੋਂ, ਬਾਕੀ ਆਹ ਦੇਖ ਸਕਦੇ ਤੁਸੀਂ ਜੀ। ਕਿਸਾਨ ਵੀਰੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।